ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ ਪੰਜਾਬ ਦੇ ਵਿੱਚ ਨਿਕਲ ਕੇ ਆ ਚੁੱਕਾ ਹੈ ਜੀ ਪੰਜਾਬ ਖੇਤੀਬਾੜੀ ਵਿਭਾਗ ਦੇ ਵਿੱਚ ਭਰਤੀ ਨਿਕਲ ਕੇ ਆਈ ਹੈ ਜੀ ਬਿਲਕੁਲ ਫਰੈਸ਼ ਭਰਤੀ ਹੈ ਜੀ ਕੀ ਯੋਗਤਾ ਆਏਗੀ ਕੀ ਚੋਣ ਪ੍ਰਕਿਰਿਆ ਆਏਗੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ 2022 ਦੀ ਵੱਡੀ ਭਰਤੀ ਹੈ ਇਸ ਦੇ ਵਿੱਚ ਮੁੰਡੇ ਤੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਜੀ ਜਿਹੜੇ ਐਲੀਜੀਬਲ ਕੈਂਡੀਡੇਟ ਹੋਣਗੇ ਜ਼ਰੂਰ ਅਪਲਾਈ ਕਰਨ ਤੇ ਵੀਡੀਓ ਨੂੰ ਅਗਰ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਔਰ ਸਾਡੇ ਚੈਨਲ ਤੇ ਫਸਟ ਟਾਈਮ ਆਇਓ ਵੀਡੀਓ ਨੂੰ ਲਾਈਕ ਕਰ ਦੇਣਾ ਔਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਫਿਊਚਰ ਵੀਡੀਓ ਦੇ ਲਈ ਜੈ ਕਿ ਰਿਕਰੂਟਮੈਂਟ ਰਿਲੇਟਿਡ ਜਾਂ ਐਗਜ਼ਾਮ ਦੇ ਰਿਲੇਟਿਡ ਕੋਈ ਵੀ ਅਪਡੇਟ ਆਉਂਦਾ ਹੈ ਅਸੀਂ ਆਪਣੇ ਚੈਨਲ ਦੇ ਉੱਪਰ ਜ਼ਰੂਰ ਅਪਡੇਟ ਕਰਦੇ ਹਾਂ ਸੋ ਵੀਡੀਓ ਦੇ ਰੂਪ ਵਿੱਚ ਤੁਹਾਨੂੰ ਮਿਲ ਜਾਇਆ ਕਰੇਗਾ ਇਸੇ ਦੇ ਨਾਲ ਅਗਰ ਤੁਸੀਂ ਚਾਹੁੰਦੇ ਹੋ ਸਾਰੀਆਂ ਭਰਤੀਆਂ ਦੇ ਅਪਡੇਟ ਤੁਹਾਨੂੰ ਤੁਹਾਡੇ ਈਮੇਲ ਬਾਕਸ academy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਔਰ ਉੱਥੋਂ ਤੁਸੀਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਜੀ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਕੋਈ ਵੀ ਰਿਕਰੂਟਮੈਂਟ ਅਪਡੇਟ ਹੋਣਗੇ ਚਾਹੇ ਉਹ ਐਕਸਪੀਰੀਅנס ਕੈਂਡੀਡੇਟ ਲਈ ਹੋਣ ਚਾਹੇ ਉਹ ਉਲਰੀਡੀ ਇਸ ਵੀ ਵਰਕਿੰਗ ਨੇ ਫ੍ਰੈਸ਼ਰਸ ਨੇ ਉਹਨਾਂ ਲਈ ਹੋਣ ਤਾਂ ਮੈਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗਾ ਜੀ ਜ਼ਰੂਰ ਅਪਲਾਈ ਕਰਨਾ ਸੋ ਸਾਰੇ ਅਪਡੇਟਸ ਦੇ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਜੀ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਤੇ ਲੇਕਿਨ ਅਗਰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਜਿਹੜੀ ਤਿਆਰੀ ਹੈ ਉਹ ਕਰ ਰਹੇ ਹੋ ਤਾਂ ਉਹਦੇ ਲਈ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਤੁਸੀਂ ਜਾ ਕੇ ਉਹਦੇ ਅਪਲਾਈ ਉਹਦੇ ਲਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਤੇ ਉੱਥੇ ਜਾ ਕੇ ਸਾਰੇ ਦੇ ਸਾਰੇ ਅਪਡੇਟ ਤੁਹਾਨੂੰ ਦੱਸਦਾ ਜੀ ਅਸੀਂ ਆ ਚੁੱਕੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਇਹ ਵੈਕੈਂਸੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਪੋਸਟ ਜਿਹੜੀ ਹੈ ਜੀ ਜੂਨੀਅਰ ਰਿਸਰਚ ਫੈਲੋ ਦੀ ਹੈ ਜੀ ਇਸ ਦੇ ਵਿੱਚ ਤੁਹਾਨੂੰ ਵੈਕੈਂਸੀਸ ਦੇ ਲਈ ਜਿਹੜਾ ਅਪਲਾਈ ਕਰਨਾ ਹੋਏਗਾ ਇਹਦੇ ਲਈ ਤੁਹਾਨੂੰ ਆਨਲਾਈਨ ਹੀ ਅਪਲਾਈ ਕਰਨਾ ਹੈ ਜੀ ਇਸ ਦੇ ਵਿੱਚ ਇਹ ਜਿਹੜੀ ਵੈਕੈਂਸੀਸ ਆਊਟ ਹੋਈਆਂ ਨੇ ਉਹ ਹੈ ਡਿਪਾਰਟਮੈਂਟ ਆਫ ਐਗਰੋਨੋਮੀ ਦੇ ਵਿੱਚ ਵੈਕੈਂਸੀਸ ਆਊਟ ਹੋਈਆਂ ਨੇ ਲਾਸਟ ਡੇਟ ਅਪਲਾਈ ਕਰਨ ਦੀ 28 12 2021 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਤੇ ਇਹਦੇ ਲਈ ਤੁਹਾਡੇ ਜਿਹੜੀ ਇੰਟਰਵਿਊ ਹੈ ਉਹ 30 12 2021 ਨੂੰ ਜਿਹੜੀ ਹੈ ਨੇ ਜਿਹੜੇ एलिजिबल ਕੈਂਡੀਡੇਟ ਹੋਣਗੇ ਇਨਵਾਈਟ ਕੀਤੇ ਗਏ ਹਨ ਜੂਨੀਅਰ ਰਿਸਰਚ ਫੈਲੋ ਦੀਆਂ ਜੋ ਕਿ ਨਾਰਥ ਇੰਡੀਅਨ ਸੈਂਟਰ ਆਫ ਵਾਟਰ ਟੈਕਨੋਲੋਜੀ ਰਿਸਰਚ ਇਨ ਐਗਰੀਕਲਚਰ ਦੇ ਵੱਲੋਂ ਆਊਟ ਕੀਤੀ ਗਈ ਹੈ ਸੈਲਰੀ ਦੀ ਗੱਲ ਕਰਾਂ 31000 ਪਲੱਸ 16% ਐਚਆਰਏ ਤੁਹਾਨੂੰ ਪਰ ਮਨਥ ਇਸ ਦੇ ਵਿੱਚ ਦਿੱਤਾ ਜਾਏਗਾ ਸੋ ਇਸ ਦੇ ਵਿੱਚ ਆਫ ਜਿਹੜਾ ਤੁਸੀਂ ਐਪਲੀਕੇਸ਼ਨ ਸੈਂਡ ਕਰ ਰਹੇ ਨੇ ਆਫਿਸ ਰੂਮ ਨੰਬਰ 112 ਔਰ ਡਿਪਾਰਟਮੈਂਟ ਜਿਹੜਾ ਹੈ ਜੀ ਉਹ ਤੁਸੀਂ ਪੇਮੈਂਟ ਕਰਨੀ ਹੈ 200 ਰੁਪਏ ਦੀ ਜਿਹੜੀ ਇਹਦੀ ਪੇਮੈਂਟ ਹੋਏਗੀ ਉਹ ਤੁਸੀਂ ਪੇ ਕਰਨੀ ਹੋਏਗੀ ਜੋ ਕਿ ਬੈਂਕ ਡਰਾਫਟ ਦੇ ਫੇਵਰ ਚ ਹੋਏਗੀ ਕੰਟਰੋਲਰ ਪੀਏ ਕੇਸ਼ਨ ਦੀ ਅਗਰ ਸੀ ਗੱਲ ਕਰ ਲੈਣੇ ਆ ਜਿਨ੍ਹਾਂ ਨੇ ਬੀਐਸਸੀ ਮੈਡੀਕਲ ਬੀਐਸਸੀ ਆਨਰਸ ਜਾਂ ਬਾਇਓਲੋਜੀਕਲ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਜਾਂ ਬੀਐਸਸੀ ਐਗਰੀਕਲਚਰ ਦੇ ਵਿੱਚ ਜਾਂ ਬੀਐਸਸੀ ਐਗਰੀਕਲਚਰ ਆਨਰਸ ਦੇ ਵਿੱਚ ਕੀਤੀ ਹੋਈ ਹੈ ਸੋ ਉਹ ਅਪਲਾਈ ਕਰ ਸਕਦੇ ਨੇ ਜਾਂ ਫਿਰ ਜਿਨ੍ਹਾਂ ਨੇ ਬੀਐਸਸੀ ਫੋਰੈਸਟਰੀ ਦੇ ਵਿੱਚ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਕੀਤੀ ਹੋਈ ਹੈ ਬੀਐਸਸੀ ਆਈਟੀ ਬੀਐਸਸੀ ਕੰਪਿਊਟਰ ਸਾਇੰਸ ਬੀਐਸਸੀ ਬਾਇਓਟੈਕਨੋਲੋਜੀ ਆਨਰਸ ਦੇ ਵਿੱਚ ਜਾਂ ਫਿਰ ਬੀਐਸਸੀ ਫੂਡ ਟੈਕਨੋਲੋਜੀ ਦੇ ਵਿੱਚ ਕੀਤੀ ਹੋਈ ਹੈ ਜਾਂ ਬੀਟੈਕ ਫੂਡ ਟੈਕਨੋਲੋਜੀ ਦੇ ਵਿੱਚ ਕੀਤੀ ਹੋਈ ਹੈ ਠੀਕ ਹੈ ਜੀ ਮਿਨੀਮਮ ਏ ਐਗਰੋਨੋਮੀ ਦੇ ਵਿੱਚ ਐਮ ਐਸ ਸੀ ਐਗਰੀਕਲਚਰ ਮੈਟਰੋਲੋਜੀ ਦੇ ਵਿੱਚ ਕੀਤੀ ਹੋਈ ਹੈ ਜਾਂ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨਸ ਵਿੱਚ ਕੀਤੀ ਹੋਈ ਹੈ 66 6565 ਪਰਸੈਂਟ ਮਾਰਕਸ ਦੇ ਨਾਲ ਉਹ ਅਪਲਾਈ ਕਰ ਸਕਦੇ ਨੇ ਔਰ ਇਹਨਾਂ ਨੂੰ ਰਿਲੇਵੈਂਟ ਫੀਲ ਦਾ ਐਕਸਪੀਰੀਅੰਸ ਜਿਹੜਾ ਜੀ ਉਹਨਾਂ ਨੇ ਲਿਖਿਆ ਨਹੀਂ ਹੋਇਆ ਕਿੰਨਾ ਰਿਕੁਆਇਰਡ ਹੈ ਲੇਕਿਨ ਅਗਰ ਤੁਹਾਨੂੰ ਥੋੜਾ ਬਹੁਤ ਵੀ ਐਕਸਪੀਰੀਅੰਸ ਹੈਗਾ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਕਿਉਂਕਿ ਉਹ ਮੈਂਸ਼ਨ ਨਹੀਂ ਕੀਤਾ ਹੋਇਆ ਤੇ ਜਿਹੜੇ ਕੈਂਡੀਡੇਟ ਨੂੰ ਐਨ ਐਡਿਟੀ ਪਾਸ ਹੋਣੇ ਚਾਹੀਦੇ ਨੇ ਠੀਕ ਹੈ ਜੀ ਔਰ ਜਿਹੜੇ ਪੀ ਐਚ ਡੀ ਕੈਂਡੀਡੇਟ ਨੇ ਉਹ ਉਹਨਾਂ ਅ ਨਹੀਂ ਪਾਸ ਕਰਦੇ ਮਾਸਟਰ ਡਿਗਰੀ ਜਿਨਾਂ ਕੋਲ ਨਹੀਂ ਹੈਗੀ ਐ ਸੋ ਰੈਲੇਵੈਂਟ ਸਬਜੈਕਟ ਦੇ ਵਿੱਚ ਜਿੱਦਾਂ ਕਿ ਐਗਰੋਨੋਮੀ ਐਗਰੀਕਲਚਰ ਮੈਟਰੋਲੋਜੀ ਕੰਪਿਊਟਰ ਐਪਲੀਕੇਸ਼ਨਸ ਠੀਕ ਹੈ ਜੀ ਬਟ ਉਹਨਾਂ ਕੋਲ ਪੀ ਐਚ ਡੀ ਡਿਗਰੀ ਹੈਗੀ ਐ ਐਗਰੋਨੋਮੀ ਐਗਰੀਕਲਚਰ ਮੈਟਰੋਲੋਜੀ ਦੇ ਵਿੱਚ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਹ ਜਿਹੜੀ ਫੈਲੋਸ਼ਿਪ ਹੋਏਗੀ ਜੀ ਇਨੀਸ਼ੀਅਲੀ 6 ਮਨთ ਦੇ ਲਈ ਤੁਹਾਨੂੰ ਜਿਹੜੀ ਹੈ ਜੀ ਉਹ ਹੋਏਗੀ ਔਰ ਉਹਨੂੰ 6 ਮਨთ ਲਈ ਹੋਰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਫਰਦਰ ਜਦ ਤੱਕ ਜਿਹੜਾ ਪ੍ਰੋਜੈਕਟ ਹੈ ਜਾਂ ਸਕੀਮ ਹੈ ਉਹ ਟਰਮੀ ਤੱਕ ਪਹੁੰਚ ਜਾਣੀ ਚਾਹੀਦੀ ਹੈ ਨੇ ਜੋ ਕਿ ਡਿਪਾਰਟਮੈਂਟ ਹੈਡ ਦੇ ਲਈ ਤੁਹਾਨੂੰ ਐਡਰੈਸ ਮੈਂ ਦੱਸ ਦਿੱਤਾ ਹੈ ਜੀ ਬਾਕੀ ਤੁਸੀਂ ਇਹ ਨੋਟੀਫਿਕੇਸ਼ਨ ਜਿਹੜਾ ਪੀਯੂ ਲੁਧਿਆਣਾ ਵੱਲੋਂ ਆਊਟ ਕੀਤਾ ਗਿਆ ਹੈ ਜੀ ਤੁਸੀਂ ਇਹਦੇ ਲਈ ਜਰੂਰ ਅਪਲਾਈ ਕਰ ਸਕਦੇ ਹੋ ਵੈਕੈਂਸੀਜ਼ ਜਿਹੜੀਆਂ ਨਾ ਆਊਟ ਕੀਤੀਆਂ ਗਈਆਂ ਨੇ ਜੋ ਕਿ ਜੂਨੀਅਰ ਰਿਸਰਚ ਫੈਲੋਜ਼ੀਆਂ ਨੇ ਜਰੂਰ ਅਪਲਾਈ ਕਰਨਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏਗਾ ਜੀ ਜਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਣਾ ਸਾਨੂੰ ਮੈਂ ਤੁਹਾਡੇ ਲਈ ਨਵੇਂ-ਨਵੇਂ ਵੈਕੈਂਸੀਜ਼ ਲੈ ਕੇ ਆਂਦਾ ਹੀ ਰਵਾਂਗਾ ਬਾਕੀ ਜਿੱਦਾਂ ਕੋਈ ਵੀ ਵੈਕੈਂਸੀਜ਼ ਆਉਂਦੀਆਂ ਨੇ ਪੰਜਾਬ ਦੀ ਗਵਰਨਮੈਂਟ ਵੱਲੋਂ ਮੈਂ ਤੁਹਾਡੇ ਲਈ ਜਰੂਰ ਅ ਤਾ ਤੱਕ ਦੇ ਲੀਟਨ ਵਾਜੀ